ਰਾਮ ਸਰੂਪਣ ਖੀ ਦੀ ਕਹਾਣੀ ਹੈ ਜੈਬਾ ਪਾਲੀ ਜੱਬ ਨੇ ਆਪਣੇ ਢਿੱਡ ਨੂੰ ਹੱਥ ਲਾ ਕੇ ਦੇਖਿਆ ਤਤ ਤਤ ਲੱਗਦਾ ਸੀ ਹੂੰ ਥਾਣੀ ਸਾਹ ਕੱਢ ਕੇ ਉਹਨੇ ਆਪਣੇ ਹੱਥ ਨੂੰ ਭਾਪ ਦਿੱਤੀ ਸਾਹ ਤੋਂ ਸੇਕ ਮਾਰਦਾ ਸੀ ਉਹਨੂੰ ਮਹਿਸੂਸ ਹੋਇਆ ਜਿਵੇਂ ਉਹਨੂੰ ਤਾਪ ਚੜ ਰਿਹਾ ਸੀ ਉਹਦੀਆਂ ਪੁੜਪੁੜੀਆਂ 'ਚ ਥੋੜਾ ਥੋੜਾ ਦਰਦ ਸ਼ੁਰੂ ਹੋ ਗਿਆ ਸੀ ਮੱਜਾਂ ਨੂੰ ਲੰਮੀ ਖਾਲ 'ਚ ਵੜ ਕੇ ਉਹ ਕਣਛਾਵੇਂ ਕਿਕਰ ਥੱਲੇ ਆ ਬੈਠਾ ਅਜੋ ਦਾ ਜੀ ਕਰਦਾ ਸੀ ਵੀ ਇਦੋਂ ਤਾਂ ਚੰਗਾ ਮਾਰੀ ਜਾਵੇ ਕਿਸੇ ਬਿੰਦੋ ਸੋਚਦਾ ਕਿ ਮੰਨੋਂ ਦੇ ਜਾਣ ਮੱਜਾਂ ਉਹ ਅੱਜ ਘਰ ਹੀ ਨਾ ਪਹੁੰਚੇ ਤੇ ਦੂਰ ਕਿਤੇ ਚਲਾ ਜਾਵੇ ਭਾਵੇਂ ਮੰਗ ਕੇ ਖਾ ਲਵੇ ਇਸ ਤਰ੍ਹਾਂ ਦੁਖੀ ਹੋ ਕੇ ਮੱਜਾਂ ਚਾਰਨ ਦਾ ਕੰਮ ਅੱਜ ਉਹਨੂੰ ਉੱਕਾ ਹੀ ਵਿਹਵ ਵਰਗਾ ਲੱਗ ਰਿਹਾ ਸੀ ਕੰਡੇ ਸੂਲਾਂ ਨੂੰ ਸੋਟੀ ਨਾਲ ਇੱਧਰ ਉੱਧਰ ਕਰਕੇ ਉਹ ਭੁੰਜੇ ਹੀ ਲਟ ਗਿਆ ਦੁਪਹਿਰ ਤਿੱਖੜ ਹੋ ਚੱਲਿਆ ਸੀ ਕਿੱਕਰ ਦੀ ਗੂੜੀ ਛਾਂ ਉਹਨੂੰ ਪਿਆਰੀ ਪਿਆਰੀ ਮਿੱਠੀ ਮਿੱਠੀ ਲੱਗ ਰਹੀ ਸੀ ਉਹਦਾ ਪਿੰਡਾ ਤੱਤਾ ਸੀ ਉਹਦਾ ਸਿਰ ਭਾਰਾ ਭਾਰਾ ਸੀ ਉਹਦੀਆਂ ਪੁੜਪੜੀਆਂ 'ਚ ਦਰਦ ਸੀ ਕਿੱਕਰ ਦੀ ਸੰਘਣੀ ਛਾਂ ਵਿੱਚ ਇਉਂ ਪੈ ਕੇ ਉਹਨੂੰ ਸੁੱਖ ਜਿਹਾ ਮਿਲ ਰਿਹਾ ਸੀ ਉਹਨੂੰ ਨੀਂਦ ਆ ਰਹੀ ਸੀ ਇੱਕ ਬਿੰਦ ਉਹਨੇ ਅੱਖਾਂ ਮੀਟੀਆਂ ਹੀ ਸੀ ਕਿ ਉਹਨੂੰ ਨੇੜੇ ਦੇ ਵਾਹਣ 'ਚ ਦੀ ਆਉਂਦੇ ਕਿਸੇ ਮਨੁੱਖ ਦੀ ਪੈੜਚਾਲ ਸੁਣੀ ਉੱਠ ਕੇ ਬੈਠਾ ਹੋ ਗਿਆ ਆਉਣ ਵਾਲੇ ਬੰਦੇ ਨੇ ਜ਼ੋਰ ਦੀ ਇੱਕ ਪ੍ਰਾਣੀ ਉਹਦੇ ਮੋਰਾਂ ਤੇ ਠੋਕੀ ਦੋ ਤਿੰਨ ਗਾਲਾਂ ਵੀ ਮਾ ਮਾਵਾ ਭੈਣਾਂ ਦੀਆਂ ਕੱਡੀਆਂ ਕੁੱਤੀ ਜਾਤੇ ਆਪ ਮੋਜਾਂ ਨਾਲ ਸਰਾ ਦਾ ਲਈ ਪਿਆ ਮਈਆਂ ਨੇ ਸਾਰੀ ਕਪਾ ਮੁਛਦੀ ਇੱਕ ਟੂਸਾ ਨਹੀਂ ਛੱਡਿਆ ਸਾਰੀਆਂ ਮੱਜਾਂ ਨੂੰ ਇਕੱਠੀਆਂ ਕਰਕੇ ਜੈਬੇ ਨੇ ਪਿੰਡ ਦੇ ਛੱਪੜ ਚ ਲਿਆ ਵੜਿਆ ਆਪ ਉਹ ਪਿੱਪਲ ਦੀਆਂ ਜੜਾਂ ਚ ਬੈਠ ਗਿਆ ਉਹਦਾ ਮੋਢਾ ਦੁਖ ਰਿਆ ਸੀ ਅੱਜ ਤਾ ਜਿਵੇਂ ਉਸ ਲਈ ਦਿਨ ਹੀ ਮਾੜਾ ਛੜਿਆ ਸੀ ਅੱਜ ਤੜਕੇ ਸਦਿਆਂ ਉੱਠ ਕੇ ਜਾਦੋ ਸਰਦਾਰ ਦੇ ਘਰ ਨੂੰ ਆਉਣ ਲੱਗਿਆ ਸੀ ਤਾਂ ਉਹਦੀ ਮਾਂ ਨੇ ਉਹਨੂੰ ਗੋਦੀ ਵਾਲੀ ਕੁੜੀ ਫੜਾਤੀ ਸੀ ਗੋਦੀ ਵਾਲੀ ਕੁੜੀ ਜਿਹੜੀ ਨਾ ਮਰਦੀ ਸੀ ਨਾ ਜੀਉਂਦੀ ਸੁੱਖੀਆਂ ਲੱਤਾਂ ਤੇ ਬਾਹਾਂ ਮੁਰਦਲੇ ਗਰਦਨ ਸਿਰ ਦੇ ਵਾਲ ਉਖੜੇ ਹੋਏ ਢਿੱਡ ਵੱਧ ਕੇ ਤੋਰੀ ਬਣਿਆ ਹੋਇਆ ਬਹੁਤੀ ਕਿਰੜੀ ਬਿੱਤੇ ਬਿੰਦੇ ਰੋਂਦੀ ਬਿੰਦੇ ਬਿੰਦੇ ਲੇਰਾਂ ਛੜਦੀ ਜੈਬੇ ਨੇ ਉਹਨੂੰ ਗੁੱਦੀ ਚੁੱਕਿਆ ਸੀ ਤੇ ਕਿਤੇ ਜਾ ਕੇ ਉਹਦੀ ਮਾਂ ਨੇ ਉਹਦੇ ਪਿਓ ਲਈ ਚਾਹ ਬਣਾ ਕੇ ਦਿੱਤੀ ਸੀ ਦੂਜੀ ਵਾਰ ਦੀ ਚਾਹ ਤਾਲੀ ਦੇ ਰਸ ਮੋੜ ਬੜਾਂਗ ਦੀ ਅੱਗ ਛੇਤੀ ਨਹੀਂ ਸੀ ਬਲੀ ਤੇ ਚਾਹ ਬਣਾਉਣ ਚ ਖਾਸਾ ਚਿਰ ਲੱਗਿਆ ਸੀ ਚੰਗਿਆੜਾ ਮਾਰਦੀ ਕੁੜੀ ਨੂੰ ਮਾਂ ਕੋਲ ਸਿੱਟ ਕੇ ਜਦੋਂ ਸਰਦਾਰ ਦੇ ਘਰ ਪਹੁੰਚਿਆ ਸੀ ਤਾਂ ਉਹਨੂੰ ਚਾਰੇ ਪੈਰ ਚੁੱਕ ਕੇ ਪਿਆ ਸੀ ਨਾਲ ਦੀ ਨਾਲ ਇੱਕ ਚਪੇੜ ਵੀ ਉਹਨੇ ਜੜਤੀ ਸੀ ਘੜਕਿਆ ਸੀ ਹੁਣ ਮਈਆਂ ਖੋਲਣ ਦਾ ਵੇਲਾ ਹੈ ਕਮੁੱਤਾ ਦੁਸਕ ਦੇ ਰੋਂਦੇ ਨੇ ਉਹਨੇ ਦਬਾ ਛੱਟ ਮੱਝਾਂ ਖੋਲ ਲਈਆਂ ਤੇ ਸਰਦਾਰ ਦੇ ਬੰਬੇ ਵਾਲੇ ਖੇਤ ਵਿੱਚ ਜਾ ਕੇ ਲੰਮੇ ਖਾਲਚ ਪਾ ਦਿੱਤੀਆਂ ਹੁਣ ਜਦ ਕਿ ਉਹ ਛੱਪੜ ਵਾਲੇ ਵੱਡੇ ਪਿੱਪਲ ਦੀਆਂ ਜੜ੍ਹਾਂ 'ਚ ਬੈਠਾ ਸੀ ਤੇ ਮੱਝਾਂ ਸਾਰੀਆਂ ਦੀਆਂ ਸਾਰੀਆਂ ਪਾਣੀ 'ਚ ਢੂਆ ਡਬੋਈ ਬੈਠੀਆਂ ਸਨ ਤਾਂ ਉਹਦੇ ਦਿਮਾਗ 'ਚ ਇੱਕ ਗੱਲ ਨਿਕਲਦੀ ਸੀ ਇੱਕ ਵੱੜਦੀ ਸੀ ਉਹਦਾ ਪਿਓ ਪਹਿਲੀ ਉਮਰ 'ਚ ਖੂਹ ਲਾਉਣ ਦਾ ਕੰਮ ਕਰਦਾ ਹੁੰਦਾ ਫਗਣ ਚੇਦ ਦੇ ਮਹੀਨੇ ਤੂਤਾਂ ਦੀਆਂ ਛਟੀਆਂ ਦੇ ਟੋਕਰੇ ਬਣਾਉਂਦਾ ਹੁੰਦਾ ਹੌਲੀ ਹੌਲੀ ਉਹਨੇ ਇੱਕ ਊਠ ਖਰੀਦ ਲਿਆ ਸੀ ਪਹਿਲਾਂ ਪਹਿਲਾਂ ਤਾਂ ਉਹ ਊਠ ਤੇ ਪਹਾੜਾ ਢੋਂਦਾ ਰਿਹਾ ਫਿਰ 2-3 ਸਾਲਾਂ ਚ ਕਮਾਈ ਕਰਕੇ ਉਹਨੇ ਇੱਕ ਊਠ ਗੱਡੀ ਖਰੀਦ ਲਈ ਜੈਬੇ ਤੋਂ ਵੱਡੀ ਕੁੜੀ ਦਾ ਵਿਆਹ ਪਿਛਲੇ ਬਾਰੇ ਜਦੋਂ ਨੇ ਕੀਤਾ ਤਾਂ 1000 ਰੁਪਇਆ ਸਰਦਾਰ ਤੋਂ ਵਿਆਜੂ ਲੈ ਲਿਆ ਸੀ ਸਾਲ ਪਿਛੋਂ ਜਿਹੜਾ ਵਿਆਜ ਬੈਠਦਾ ਸੀ ਉਹ ਤਾਂ ਉਹਨੇ ਇਸ ਸਾਲ ਦਿੱਤਾ ਸੀ ਪਰ ਆਉਂਦੇ ਸਾਲ ਦੇ ਵਿਆਜ ਚ ਉਹਨੇ ਜੈਬੇ ਨੂੰ ਸਰਦਾਰ ਦੀਆਂ ਪੰਜ ਮੱਜਾਂ ਦਾ ਪਾਲੀ ਲਾ ਦਿੱਤਾ ਜਦੋਂ ਉਹ ਸਾਰੇ ਹੀ 13-14 ਸਾਲ ਦਾ ਸੀ ਜਿੱਦਣ ਦੀ ਉਹਦੀ ਸੂਰਤ ਸੰਭਲੀ ਸੀ ਉਹਨੂੰ ਲੱਗਦਾ ਸੀ ਵੀ ਜੰਮ ਦਾ ਹੀ ਉਹ ਕਮਾਂ ਚ ਪੈ ਗਿਆ ਉਹ ਰੱਜ ਕੇ ਕਦੇ ਵੀ ਹਾਨੀਆਂ ਨਾਲ ਖੇਡਿਆ ਨਹੀਂ ਸੀ ਤੜਕੇ ਦੀ ਚਾਹ ਉਹ ਸਰਦਾਰ ਦੇ ਘਰ ਆ ਕੇ ਪੀਂਦਾ ਹੁੰਦਾ ਚਾਹ ਦੇ ਨਾਲ ਹੀ ਉਹਨੂੰ ਦੁਪਹਿਰ ਵਾਸਤੇ ਚਾਰ ਮਿਸੀਆਂ ਤੇ ਖਰਖਰੇ ਵਰਗੀਆਂ ਅੰਚੋਪੜੀਆਂ ਰੋਟੀਆਂ ਮਿਲ ਜਾਂਦੀਆਂ ਨਾਲ ਨੂੰ ਦੋ ਗੰਡੇ ਜਾਮਬਦਾ achar ਪਿਛਲੇ ਪੈਰ ਦੀ ਚਾਹ ਉਹਨੂੰ ਕਦੇ ਨਹੀਂ ਸੀ ਮਿਲੀ ਆਥਨੇ ਜਦੋਂ ਮੱਝਾਂ ਲੈ ਕੇ ਘਰ ਆਉਂਦਾ ਤਾਂ ਮੱਝਾਂ ਨੂੰ ਕੇਲਿਆਂ ਤੇ ਬੰਨਣ ਤੋਂ ਪਿੱਛੋਂ ਹੋਰ ਵੀ ਛੋਟੇ-ਮੋਟੇ ਕੰਮ ਸਰਦਾਰ ਦੇ ਕਰਦਾ ਰਹਿੰਦਾ। ਰੋਟੀ ਜਦ ਪੱਕ ਜਾਂਦੀ ਸਿਲਵਰ ਦੇ ਕਾਲੇਜ ਦਾਲ ਪਵਾ ਕੇ ਤੇ ਚਾਰ ਰੋਟੀਆਂ ਲੈ ਕੇ ਘਰ ਨੂੰ ਆ ਜਾਂਦਾ ਤੇ ਜੈਬਾ ਪਿੱਪਲ ਦੀਆਂ ਜੜਾਂ 'ਚ ਬੈਠਾ ਉੱਥੇ ਥਾਂ ਦੀ ਥਾਂ ਟੇਡਾ ਹੋ ਗਿਆ ਸੀ। ਉਹਦੇ ਮਨ 'ਚ ਕਿਸਮ-ਕਿਸਮ ਦੇ ਖਿਆਲ ਫੁੱਟ ਰਹੇ ਸੀ। ਉਹਨੂੰ ਆਪਣੇ ਪਿਓ ਤੇ ਤਰਸ ਆ ਰਿਹਾ ਸੀ ਜਿਹੜਾ ਸਾਰੀ ਦਿਹਾੜੀ ਉੱਠ ਗੱਡੀ ਵਾਹ ਕੇ ਸਾਰੇ ਟੱਬਰ ਦਾ ਢਿੱਡ ਮਸਾਂ ਤੋੜਦਾ ਸੀ। ਉਹਨੂੰ ਆਪਣੀ ਮਾਂ ਤੇ ਤਰਸ ਆ ਰਿਹਾ ਸੀ ਜਿਹੜੀ ਦਿਨ ਵੇਲੇ ਲੋਕਾਂ ਦੇ ਘਰ ਗੋਲੇ ਠੰਡੇ ਕਰਦੀ ਫਿਰਦੀ ਤੇ ਆਥਣ ਵੇਲੇ ਭੱਠੀ ਦੇ ਦਾਣੇ ਭੁੰਨ ਕੇ ਡੰਗ ਦੇ ਦਾਣੇ ਕਰਕੇ ਲਿਆਉਂਦੀ ਉਹਨੂੰ ਆਪਣੇ ਤੇ ਤਰਸ ਆ ਰਿਹਾ ਸੀ ਜਿਹੜਾ 1000 ਰੁਪਏ ਦੇ ਵਿਆਜ ਵਿੱਚ ਸਰਦਾਰ ਦੇ ਸਾਰੇ ਦਿਨ ਦਾ ਗੁਲਾਮ ਬਣਿਆ ਹੋਇਆ ਸੀ ਉਹਦਾ ਸਰਦਾਰ ਬਹੁਤ ਵੱਡਾ ਜ਼ਿੰਮੇਵਾਰ ਸੀ ਉਸ ਕੋਲ 60 70 ਕਿੱਲੇ ਆਪਦੀ ਜ਼ਮੀਨ ਸੀ ਤੇ ਐਨੀ ਹੋਰ ਜ਼ਮੀਨ ਉਹਨੇ ਗਹਿਣੇ ਲਈ ਹੋਈ ਸੀ ਹਾੜੀ ਸੋਣੀ ਉਹਦੇ ਹਜ਼ਾਰਾਂ ਮਣ ਦਾਣੇ ਘਰ ਆਉਂਦੇ ਕਾ ਜ਼ਮੀਨਾਂ ਵਾਲੇ ਜੱਟਾਂ ਮਜਬੀ ਰਾਮਦਾਸੀਆਂ ਤੇ ਹੋਰ ਗਰੀਬ ਲੋਕਾਂ ਨੂੰ ਵਿਆਜੂ ਰੁਪਈਏ ਵੀ ਉਹ ਦਿੰਦਾ ਸੀ ਕਿਸੇ ਨੂੰ 200 ਕਿਸੇ ਨੂੰ 100 ਕਿਸੇ ਨੂੰ 50 ਕਿਸੇ ਕਿਸੇ ਨੂੰ 10 20 ਰੁਪਈਏ ਵੀ ਉਹ ਵਿਆਜ ਤੇ ਦੇ ਦਿੰਦਾ ਸਾਰੇ ਹਾਰੇ ਹੁੱਟੇ ਲੋਕ ਉਹਦੀ ਸ਼ਾਨੀ ਭਰਦੇ ਉਹਦੀਆਂ ਸਾਰੀਆਂ ਸਾਮੀਆਂ ਉਹਦੇ ਪੈਰਾਂ ਥੱਲੇ ਹੱਥ ਦਿੰਦੀਆਂ ਉਤੋਂ ਉਤੋਂ ਮਿੱਠਾ ਬੜਾ ਸੀ ਹਰ ਬੰਦੇ ਨੂੰ ਪਹਿਲਾਂ ਬੁਲਾਉਂਦਾ ਐਵੇਂ ਹਰ ਇੱਕ ਨੂੰ ਮਹਾਰਾਜ ਕਹਿ ਦਿੰਦਾ ਵਿੱਚੋਂ ਪਰੋਈ ਇੱਕ ਜੋਕ ਸੀ ਜਿਹਦੇ ਲੱਗ ਜਾਂਦੀ ਸਾਰਾ ਖੂਨ ਚੂਸੇ ਬਿਨਾਂ ਨਹੀਂ ਸੀ ਲੈਂਦੀ ਜੈਬੇ ਦਾ ਸਿਰ ਤਾਂ ਤੜਕੇ ਦਾ ਹੀ ਦੁਖ ਰਿਆ ਸੀ ਉਹਦਾ ਪਿੰਡਾ ਤਾਂ ਤੜਕੇ ਦਾ ਹੀ ਤੱਤਾ ਸੀ ਹੁਣ ਉਹਦੇ ਮੂੰਹ ਚੋਂ ਖੱਟੇ ਪਾਣੀ ਦੀਆਂ ਘੁਰਲੀਆਂ ਆਉਣ ਲੱਗੀਆਂ ਉਥੇ ਪਏ ਪਏ ਨੂੰ ਉਹਨੂੰ ਉਲਟੀ ਆ ਗਈ ਉਹਦਾ ਸਾਰਾ ਖਾਦਾ ਪੀਤਾ ਬਾਹਰ ਆ ਗਿਆ ਪੁੜਪੁੜੀਆਂ ਘੁੱਟ ਕੇ ਥਾਂ ਦੀ ਥਾਂ ਉਹ ਬੈਠਾ ਰਿਹਾ ਉਹਨੇ ਮਹਿਸੂਸ ਹੋਇਆ ਵੀ ਉਲਟੀ ਆਉਣ ਨਾਲ ਉਹਦਾ ਸਿਰ ਹੌਲਾ ਜਿਹਾ ਹੋ ਗਿਆ ਪਰ ਤਾਪ ਨਾਲ ਦੀ ਨਾਲ ਕੜਕੜਾ ਕੇ ਚੜ ਗਿਆ ਉਹ ਲੈ ਲੰਦੇਵਾਲ ਨਜ਼ਰ ਮਾਰੀ ਸੂਰਜ ਜੜੀਂ ਜਾ ਲੱਗਿਆ ਸੀ ਔਖੇ ਸੁਖਾਲੇ ਨੇ ਡਲੇ ਮਾਰ ਮਾਰ ਉਹਨੇ ਸਾਰੀਆਂ ਮੱਜਾਂ ਛੱਪੜ ਚੋਂ ਕੱਢ ਲਈਆਂ ਤੇ ਸਰਦਾਰ ਦੇ ਘਰ ਵਾਲ ਨੂੰ ਹੱਕ ਲਈਆਂ ਸਰਦਾਰ ਵੇੜੇ 'ਚ ਛਿੜਕਾ ਕਰੀ ਮੰਜੇ ਤੇ ਬੈਠਾ ਘਰ ਦੀ ਕੱਢੀ ਸ਼ਰਾਬ ਪੀ ਰਿਹਾ ਸੀ ਮੁਫਤ 'ਚ ਸ਼ਾਇਦ ਉਹਨੂੰ ਕੋਈ ਦੇ ਗਿਆ ਸੀ ਜੈਬੇ ਨੂੰ ਦੇਖਣਸਾਰ ਉਹਨੇ ਮਾਂ ਦੀ ਗਾਲ ਕੱਢੀ ਤੇ ਕਿਹਾ ਕੁੱਖਾਂ ਤਾਂ ਓਵੇਂ ਜਿਵੇਂ ਖਾਲੀ ਪਈਆਂ ਨੇ ਕਦੇ ਮੂੰਹ ਵੀ ਮਾਰ ਲੈਣ ਦਿਆ ਕਰ ਮਾਵਾਂ ਨੂੰ ਉਹ ਤਾਪ ਦੀ ਕੁੱਕੀ ਨਾਲ ਬੋਲਾ ਜਾ ਬਣਿਆ ਹੋਇਆ ਸੀ ਇਸ ਕਰਕੇ ਉਹ ਤੋਂ ਕੋਈ ਜਵਾਬ ਨਾ ਦਿੱਤਾ ਗਿਆ ਕੋਲਾ ਲਿਆ ਓਏ ਚੱਕ ਕੇ ਸਰਦਾਰ ਨੇ ਕਿਹਾ ਉਹਨੂੰ ਸ਼ਾਇਦ ਸ਼ਰਾਬ ਦਾ ਪੂਰਾ ਚੱਕਰ ਆਇਆ ਹੋਇਆ ਸੀ ਜੈਬੇ ਨੇ ਦੱਸਿਆ ਵੀ ਉਹਨੂੰ ਤਾਂ ਤਾਪ ਚੜਿਆ ਹੋਇਆ ਹੈ ਉਹ ਤੂੰ ਘੁੱਟ ਪੀ ਕੇ ਤਾਂ ਦੇਖ ਤਾਪ ਸਾਲਾ ਵਿੱਚੇ ਭਸਮ ਨਾ ਹੋ ਗਿਆ ਤਾਂ ਕਹਿ ਦੇ ਸਰਦਾਰ ਨੇ ਮੱਲੂ ਮੱਲੀ ਜੈਬੇ ਨੂੰ ਪਿਆ ਦਿੱਤੀ ਰੋਟੀ ਪਵਾ ਕੇ ਜਦੋਂ ਆਪਣੇ ਘਰ ਨੂੰ ਜਾ ਰਿਹਾ ਸੀ ਉਹਨੂੰ ਭੋਰਾ ਸੁਰਤ ਨਹੀਂ ਸੀ ਉਹ ਠੇਡਾ ਖਾ ਕੇ ਡਿੱਗ ਪਿਆ ਉਦੇ ਕੋਲੇ ਵਿੱਚਲੀ ਛੋਲਿਆਂ ਦੀ ਦਾਲ ਸਾਰੀ ਡੁੱਲ ਗਈ ਰੋਟੀਆਂ ਉਹ ਪਰੇ ਬੁੜਕ ਕੇ ਗਈਆਂ ਤੇ ਜਦੋਂ ਉਹਨੂੰ ਥੋੜਾ ਜਿਹਾ ਸਾਹ ਆਇਆ ਤੇ ਸੁਰਤ ਪਰਤੀ ਤੇ ਰੀਤੇ ਚ ਲਿਬੜੀਆਂ ਰੋਟੀਆਂ ਖਾਲੀ ਕੋਲੇ ਤੇ ਧਰ ਕੇ ਕੰਧਾ ਨਾਲ ਵੱਜਦਾ ਉਹ ਘਰ ਨੂੰ ਤੁਰ ਪਿਆ ਧੰਨਵਾਦ